ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ 8 ਦਿਨਾਂ ਦੇ ਵਿੱਚ 7ਵੀਂ ਵਾਰ ਵਧਿਆ ਪੈਟਰੋਲ ਡੀਜ਼ਲ ਚੈੱਕ ਕਰੋ ਅੱਜ ਦੇ ਤਾਜ਼ਾ ਰੇਟ ਤਾਂ ਦੋਸਤੋ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਨੇ ਮਲਟੀ ਕਮੋਡਿਟੀ ਐਕਸਚੇਂਜ ਦੇ ਵਿੱਚ ਕੱਚੇ ਤੇਲ ਦੀ ਕੀਮਤ 5.20% ਯਾਨੀ ਕਿ 450 ਰੁਪਏ ਪ੍ਰਤੀ ਬੈਰਲ ਡੇਕ ਕੇ 8120 ਰੁਪਏ ਪ੍ਰਤੀ ਬੈਰਲ ਹੋ ਗਈ ਹੈ ਇਸ ਦੇ ਬਾਵਜੂਦ ਵੀ ਭਾਰਤ ਵਿੱਚ ਪਿਛਲੇ 8 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ 8 ਦਿਨਾਂ ਦੇ ਵਿੱਚ 7ਵੀਂ ਵਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਪੈਟਰੋਲ ਦੀ ਕੀਮਤ ਵਿੱਚ 80 ਪੈਸੇ ਤੇ ਡੀਜ਼ਲ ਦੀ ਕੀਮਤ ਵਿੱਚ 70 ਪੈਸੇ ਪ੍ਰਤੀ ਲੀਟਰ ਦਾ ਵਾਅਦਾ ਕੀਤਾ ਗਿਆ ਹੈ। ਅਗਲੀ ਖਬਰ ਹੈ ਪੰਜਾਬ ਸਰਕਾਰ ਦਾ ਅਹਿਮ ਫੈਸਲਾ 26 ਜੂਨ ਨੂੰ ਸਾਰੇ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਦਾ ਇਜਲਾਸ। ਤਾਂ ਦੋਸਤੋ ਤੁਹਾਨੂੰ ਦੱਸியே ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਵੱਡੇ ਫੈਸਲੇ ਲੈ ਰਹੀ ਹੈ ਜਿਸ ਤਹਿਤ 26 ਜੂਨ ਨੂੰ ਸੂਬੇ ਦੇ ਸਮੂਹ ਪਿੰਡਾਂ ਵਿੱਚ ਗ੍ਰਾਮ ਸਭਾ ਇਜਲਾਸ ਬੁલાਏ ਜਾਣਗੇ। ਇਹ ਹੁਕਮ ਪੰਜਾਬ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦਿੱਤੇ ਨੇ। ਉਹਨਾਂ ਨੇ ਇੱਕ ਮੀਟਿੰਗ ਦੇ ਦੌਰਾਨ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਅਪਣਾਉਣ ਦਾ ਸਪਸ਼ਟ ਸੰਦੇਸ਼ ਵੀ ਦਿੱਤਾ ਹੈ। ਅਗਲੀ ਖਬਰ ਹੈ। ਵਿਕਰਮ ਮਜੀਠੀਆ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ ਡਰੱਗ ਕੇਸ ਰੱਦ ਕਰਨ ਦੀ ਕੀਤੀ ਮੰਗ। ਤਾਂ ਦੋਸਤੋ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਂਦਿਆਂ ਪੰਜਾਬ ਪੁਲਿਸ ਵੱਲੋਂ ਐਨਡੀਪੀਐਸ ਐਕਟ 1985 ਦੇ ਤਹਿਤ ਦਰਜ ਕੀਤੇ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਵਿਕਰਮ ਮਜੀਠੀਆ 5 ਅਪ੍ਰੈਲ ਤੱਕ ਨਿਆਂਇਕ ਹरासत ਦੇ ਵਿੱਚ ਹੈ ਮਜੀਠੀਆ ਕਰੀਬ 1 ਮਹੀਨੇ ਤੋਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈ ਉਸ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਅਦਾਲਤ ਦੇ ਵਿੱਚ ਆਤਮ ਸਮਰਪਣ ਕੀਤਾ ਤੇ ਉਦੋਂ ਤੋਂ ਉਹ ਨਿਆਂਇਕ ਹरासत ਦੇ ਵਿੱਚ ਨੇ ਮਜੀਠੀਆ ਨੂੰ 20 ਫਰਵਰੀ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜਨ ਦੇ ਲਈ ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਗ੍ਰਿਫਤਾਰੀ ਤੋਂ ਸੁਰੱਖਿਆ ਦਿੱਤੀ ਸੀ ਜਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸ ਨੂੰ ਆਤਮ ਸਮਰਪਨ ਕਰਨ ਦੇ ਲਈ ਕਿਹਾ ਗਿਆ ਸੀ। ਅਗਲੀ ਖਬਰ ਹੈ ਪਾਕਿਸਤਾਨ ਦੀ ਸੰਸਦ ਦੇ ਵਿੱਚ ਪ੍ਰਧਾਨ ਮੰਤਰੀ Imran Khan ਦੇ ਖਿਲਾਫ ਬੇਪਰੋਸਗੀ ਮਤਾ ਪੇਸ਼ ਤਾਂ ਦੋਸਤੋ ਵਿਰੋਧੀ ਧਿਰ ਨੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ Imran Khan ਦੇ ਖਿਲਾਫ ਬੇਪਰੋਸਗੀ ਮਤਾ ਪੇਸ਼ ਕੀਤਾ ਹੈ। ਇਸਤੇ 31 ਮਾਰਚ ਨੂੰ ਬਹਿਸ ਹੋਵੇਗੀ ਮਤਾ ਪੇਸ਼ ਹੋਣ ਤੋਂ ਬਾਅਦ ਸੰਸਦ ਦੀ ਕਾਰਵਾਈ 31 ਮਾਰਚ ਨੂੰ ਸ਼ਾਮ 4 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਨੈਸ਼ਨਲ ਅਸੈਂਬਲੀ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਾਹਾਬ ਸ਼ਰੀਫ ਨੇ ਬੇਪਰੋਸਗੀ ਮਤਾ ਪੇਸ਼ ਕੀਤਾ ਹੈ। ਅਗਲੀ ਖਬਰ ਹੈ ਟੋਕੀਓ 올림픽 ਦੇ ਵਿੱਚ ਇਤਿਹਾਸ ਰਚਨ ਵਾਲੇ ਨੀਰਜ ਚੋਪੜਾ ਨੂੰ ਵੀ ਮਿਲਿਆ ਪਦਮ ਸ੍ਰੀ ਰਾਸ਼ਟਰਪਤੀ ਕੋਮੇਦ ਨੇ ਕੀਤਾ ਸਨਮਾਨਿਤ ਤਾਂ ਦੋਸਤੋ ਟੋਕੀਓ 올림픽 ਦੇ ਵਿੱਚ ਸੋਨ ਤਗਮਾ ਜਿੱਤਣ ਵਾਲੇ ਜੈਵਲਨ ਥਰੋ ਨਿਰਜ ਚੋਪੜਾ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਦਮ ਸ਼੍ਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਇਸ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਅਗਲੀ ਖਬਰ ਹੈ ਆਪ ਸਰਕਾਰ ਨੇ ਪੰਜਾਬ ਦੇ ਵਿੱਚ ਤਿਆਰ ਕਰੇਗੀ 16000 ਮੁਹੱਲਾ ਕਲੀਨਿਕ ਤੇ ਹਰ ਨਿਵਾਸੀ ਨੂੰ ਮਿਲੇਗਾ ਹੈਲਥ ਕਾਰਡ ਤਾਂ ਦੋਸਤੋ ਪੰਜਾਬ ਦੇ ਵਿੱਚ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਦਿੱਲੀ ਮਾਡਲ ਦਾ ਵਿਸਤਾਰ ਕਰ ਰਹੀ ਹੈ ਦਿੱਲੀ ਦੇ ਸਿਹਤ ਮਾਡਲ ਨੂੰ ਪੰਜਾਬ ਤੱਕ ਫਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਡਾਕਟਰ ਵਿਜੇ ਸਿੰਘਲਾ ਨੇ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਭਰ ਦੇ ਵਿੱਚ 16000 ਮਹੱਲਾ ਕਲੀਨਿਕ ਬਣਵਾਵੇਗੀ ਇਸ ਦੇ ਨਾਲ ਹੀ ਰਾਜ ਦੇ ਹਰ ਵਸਨੀਕ ਨੂੰ ਇੱਕ ਸਿਹਤ ਕਾਰਡ ਵੀ ਦਿੱਤਾ ਜਾਵੇਗਾ ਅਗਲੀ ਖਬਰ ਹੈ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਟਰਾਂਸਪੋਰਟ ਮੰਤਰੀ ਦੀ ਚੇਤਾਵਨੀ ਜਲਦ ਟੈਕਸ ਜਮ੍ਹਾਂ ਕਰਵਾਓ ਨਹੀਂ ਤਾਂ ਤਾਂ ਦੋਸਤੋ ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਪ੍ਰਾਈਵੇਟ ਬੱਸ ਆਪਰੇਟਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਡਿਫਾਲਟਰ ਬੱਸ ਆਪਰੇਟਰਾਂ ਨੂੰ ਜਲਦੀ ਤੋਂ ਜਲਦੀ ਟੈਕਸ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ ਅਜਿਹਾ ਨਾ ਕਰਨ ਤੇ ਉਹ ਆਪਣੇ ਪਰਮਿਟ ਗਵਾ ਸਕਦੇ ਨੇ ਉਹਨਾਂ ਦੇ ਵਾਹਨ ਨਵੇਂ ਟਾਈਮ ਟੇਬਲ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਟਰਾਂਸਪੋਰਟ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਲਾਲਜੀਤ ਭੁੱਲਰ ਨੇ ਹਦਾਇਤ ਕੀਤੀ ਹੈ ਕਿ ਆਮਦਨ ਵਧਾਉਣ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਤਾਂ ਜੋ PRTC ਪੰਜਾਬ ਰੋਡਵੇਜ ਅਤੇ ਪਨਵਸ ਨੂੰ ਪਹਿਲੇ ਸਥਾਨ ਤੇ ਲਿਆਂਦਾ ਜਾ ਸਕੇ ਅਗਲੀ ਖਬਰ ਐ ਐਕਸਪੋਰਟ ਦੇ ਵਿੱਚ ਪੰਜਾਬ ਨੇ ਮਾਰੀ ਵੱਡੀ ਛਾਲ ਦੇਸ਼ ਦੇ ਵਿੱਚ 8ਵੇਂ ਨੰਬਰ ਤੇ ਪਹੁੰਚਿਆ ਤਾਂ ਦੋਸਤੋ ਨੀਤੀ ਯੋਗ ਦੇ ਵਿੱਚ EPI ਰਿਪੋਰਟ ਵਿੱਚ ਪੰਜਾਬ ਇਸ ਵਾਰ ਨਿਰਿਆਤ ਵਿੱਚ 10ਵੇਂ ਸਥਾਨ ਉੱਪਰ ਆ ਗਿਆ ਹੈ ਲੈਡ ਲੌਕਡ ਰਾਜਾਂ ਦੀ ਸੂਚੀ ਵਿੱਚ 8ਵੇਂ ਤੋਂ 4ਵੇਂ ਸਥਾਨ ਤੇ ਆ ਗਿਆ ਪਿਛਲੇ ਸਾਲ ਪੰਜਾਬ ਨੇ ਮੌਜੂਦਾ ਵਿੱਤੀ ਸਾਲ ਦਸੰਬਰ 2021 ਵਿੱਚ ਹਾਜਰੀ ਟੈਕਸਟਾਈਲ ਆਟੋਪਾਰਟ ਲੋਹਾ ਸਟੀਲ ਦੀਆਂ ਵਸਤੂਆਂ ਖੇਡਾਂ ਦੇ ਸਮਾਨ ਅਤੇ ਖੇਤੀਬਾੜੀ ਵਿੱਚ ਚਾਵਲ ਅਤੇ ਕਪਾਹ ਜਿੰਨਾ ਹੀ ਐਕਸਪੋਰਟ ਕੀਤਾ ਸੀ ਜੇਕਰ ਜਨਵਰੀ 2022 ਦੇ ਮਹੀਨੇ ਨੂੰ ਸ਼ਾਮਲ ਕੀਤਾ ਜਾਵੇ ਤਾਂ ਪੰਜਾਬ ਨੇ ਪਿਛਲੇ ਸਾਲ ਨਾਲੋਂ 3752 ਕਰੋੜ ਰੁਪਏ ਤੋਂ ਵੱਧ ਦਾ ਐਕਸਪੋਰਟ ਕੀਤਾ ਹੈ ਫਰਵਰੀ ਅਤੇ ਮਾਰਚ ਦੇ ਵਿੱਤੀ ਸਾਲ ਵਿੱਚ ਅੰਕੜੇ ਸ਼ਾਮਲ ਕੀਤੇ ਜਾਣੇ ਨੇ ਨਰੇਾਤ ਵਿਭਾਗ ਨੇ 31 ਮਾਰਚ 2022 ਤੱਕ ਇਹ ਅੰਕੜਾ 60000 ਕਰੋੜ ਤੱਕ ਪਾਰ ਕਰਨ ਦੀ ਸੁਭਾਵਨਾ ਜਤਾਈ ਹੈ ਜੋ ਕਿ ਪੰਜਾਬ ਦੀ ਐਕਸਪੋਰਟ ਵਿੱਚ ਇੱਕ ਰਿਕਾਰਡ ਹੋਵੇਗਾ ਹੁਣ ਤੱਕ ਪੰਜਾਬ ਦਾ ਐਕਸਪੋਰਟ 40000 ਕਰੋੜ ਰੁਪਏ ਦੇ ਕਰੀਬ ਰਿਹਾ ਹੈ ਅਗਲੀ ਖਬਰ ਹੈ ਮਸੂਮਾਂ ਦੀ ਜਾਨ ਤੇ جنگ ਦੀ ਮਾਰ ਰੂਸ ਦੇ ਹਮਲਿਆਂ ਚ ਹੁਣ ਤੱਕ ਯੂਕਰੇਨ ਦੇ 143 ਬੱਚਿਆਂ ਦੀ ਹੋਈ ਮੌਤ ਅਤੇ 216 ਜ਼ਖਮੀ ਤਾਂ ਦੋਸਤੋ ਯੂਕਰੇਨ ਅਤੇ ਰੂਸ ਦੇ ਵਿਚਾਲੇ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਯੂਕਰੇਨ ਦੇ ਕਈ ਸ਼ਹਿਰ ਰੂਸੀ ਬੰਬਾਰੀ ਅਤੇ ਮਜੈਲਾ ਹਮਲਿਆਂ ਨਾਲ ਤਬਾਹ ਹੋ ਚੁੱਕੇ ਨੇ ਸੈਂਕੜੇ ਆਮ ਨਾਗਰਿਕ ਵੀ ਜੰਗ ਦਾ ਸ਼ਿਕਾਰ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਮਾਸੂਮ ਬੱਚੇ ਵੀ ਸ਼ਾਮਲ ਨੇ ਯੂਕਰੇਨ ਦੇ ਲੋਕਪਾਲ ਮੁਤਾਬਕ ਯੂਕਰੇਨ ਅਤੇ ਰੂਸ ਦੇ ਵਿਚਕਾਰ ਪੂਰੇ ਸਮੇਂ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 143 ਬੱਚੇ ਮਾਰੇ ਗਏ ਨੇ ਤੇ ਜਿਨ੍ਹਾਂ ਵਿੱਚੋਂ ਤਬਾਹ 216 ਬੱਚੇ ਜ਼ਖਮੀ ਵੀ ਪਾਏ ਗਏ ਨੇ ਅਗਲੀ ਖਬਰ ਹੈ ਰੂਸ ਯੂਕਰੇਨ ਦੀ ਜੰਗ ਕਰਕੇ ਦੁਨੀਆ ਭਰ ਦੇ ਵਿੱਚ ਬਧੀ ਕਣਕ ਦੀ ਮੰਗ ਪੰਜਾਬ ਦੇ ਆੜਤੀਆਂ ਤੇ ਕਿਸਾਨਾਂ ਦੇ ਚਿਹਰੇ ਖਿੜੇ ਤਾਂ ਦੋਸਤੋ ਰੂਸ ਯੂਕਰੇਨ ਜੰਗ ਦੇ ਕਾਰਨ ਪੰਜਾਬ ਦਾ ਸੁੰਨਸਾਨ ਪਈ ਮੰਡੀਆਂ ਉਮੀਦਾਂ ਦੇ ਨਾਲ ਮੈਕਣ ਲੱਗੀਆਂ ਨੇ ਪੰਜਾਬ ਦੇ ਆੜਤੀਆ ਤੇ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਹੈ ਕਿਉਂਕਿ ਅੰਤਰਰਾਸ਼ਟਰੀ ਮੰਡੀ ਦੇ ਵਿੱਚ ਕਣਕ ਦੀ ਵੱਧਦੀ ਮੰਗ ਦੇ ਦਰਮਿਆਨ ਪੰਜਾਬ ਨੂੰ ਵਿਦੇਸ਼ਾਂ ਤੋਂ ਵੀ ਆਰਡਰ ਮਿਲਣੇ ਸ਼ੁਰੂ ਹੋ ਗਏ ਨੇ ਆਈਪੀਟੀਸੀ ਦੇ ਵਿੱਚ ਅਡਾਨੀ ਗਰੁੱਪ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਪੰਜਾਬ ਦੀ ਅਨਾਜ ਮੰਡੀਆਂ ਦਾ ਰੁਖ ਕਰ ਲਿਆ ਹੈ ਇਰੂਸ ਅਤੇ ਯੂਕਰੇਨ ਦੁਨੀਆ ਦੇ ਮੁੱਖ ਕਣਕ ਨਿਰਯਾਤਕ ਦੇਸ਼ ਨੇ ਦੂਮਾ ਵਿਚਾਲੇ ਜੰਗ ਚੱਲ ਰਹੀ ਹੈ ਇਸ ਲਈ ਉਥੋਂ ਕਣਕ ਬਰਾਮਦ ਹੋਣ ਦੀਆਂ ਸੁਭਾਵਨਾਵਾਂ ਬਹੁਤ ਘੱਟ ਨੇ ਭਾਰਤ ਨੂੰ ਇਸ ਦਾ ਲਾਭ ਮਿਲਣ ਦੀਆਂ ਸੁਭਾਵਨਾਵਾਂ ਨੇ ਖਾਸ ਕਰਕੇ ਪੰਜਾਬ ਦੇ ਆੜਤੀ ਅਤੇ ਕਿਸਾਨਾਂ ਦੀਆਂ ਉਮੀਦਾਂ ਵੱਧ ਗਈਆਂ ਨੇ ਹਾਂ ਅਗਲੀ ਖਬਰ ਹੈ ਆਰ ਬੀ ਆਈ ਬੈਂਕ ਨੇ ਹਾੜੀ ਸੀਜ਼ਨ 2022 ਦੇ ਲਈ ਪੰਜਾਬ ਨੂੰ 24773.11 ਕਰੋੜ ਦੀ ਸੀਸੀਐਲ ਕੀਤੀ ਯਾਰੀ ਤਾਂ ਦੋਸਤੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਣਕ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕੇਂਦਰ ਤੋਂ ਕੈਸ਼ ਕ੍ਰੈਡਿਟ ਲਿਮਟ ਲਈ ਕੀਤੇ ਗਏ ਅੰਤ ਤੱਕ ਯਤਨਾਂ ਸਦਕਾ ਭਾਰਤੀ ਤਜਰਬ ਬੈਂਕ ਨੇ ਰੁਪਏ ਦੀ ਰਕਮ ਕਲੀਅਰ ਕੀਤੀ ਹੈ ਆਗਾਮੀ ਹਾੜੀ ਦੇ ਮੰਡੀਕਰਨ ਦੌਰਾਨ ਪੰਜਾਬ ਵਿੱਚ ਕਣਕ ਦੀ ਖਰੀਦ ਲਈ April 2022 ਦੇ ਅੰਤ ਤੱਕ ਸੀਸੀਐਲ ਤੋਂ 24773.14 ਕਰੋੜ ਰੁਪਏ ਯਾਰੀ ਕਰ ਦਿੱਤੇ ਗਏ ਨੇ ਅਗਲੀ ਖਬਰ ਹੈ ਹਰ ਮਹੀਨੇ ਮਿਲੇਗੀ 10000 ਪੈਨਸ਼ਨ 31 ਮਾਰਚ ਤੋਂ ਪਹਿਲਾਂ ਇਸ ਯੋਜਨਾ ਦੇ ਵਿੱਚ ਕਰੋ ਨਿਵੇਸ਼ ਤਾਂ ਦੋਸਤੋ ਸੀਨੀਅਰ ਨਾਗਰਿਕਾਂ ਦੇ ਲਾਭ ਦੇ ਲਈ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਜੀਵਨ ਬੰਧਨਾ ਯੋਜਨਾ ਚਲਾਈ ਹੈ ਜੇਕਰ ਤੁਸੀਂ ਅਜੇ ਤੱਕ ਇਸ ਯੋਜਨਾ ਦਾ ਲਾਭ ਨਹੀਂ ਲੈ ਸਕੇ ਤਾਂ ਤੁਸੀਂ ਤੁਰੰਤ ਇਸ ਦੇ ਲਈ ਅਪਲਾਈ ਕਰੋ ਮੋਦੀ ਸਰਕਾਰ ਨੇ 60 ਸਾਲ ਤੋਂ ਵੱਧ ਦੀ ਉਮਰ ਲੋਕਾਂ ਦੇ ਲਈ ਪੀਐਮ ਬਿਆ ਬੰਧਨ ਯੋਜਨਾ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਲਾਭਪਾਤਰੀ ਨੂੰ ਸਾਲਾਨਾ 1,11,000 ਰੁਪਏ ਪੈਨਸ਼ਨ ਪ੍ਰਾਪਤ ਕਰ ਸਕਦੇ ਨੇ ਅਗਲੀ ਖਬਰ ਹੈ ਭਾਰਤ ਵਿੱਚ ਕਰੋਨਾ ਦੇ 1279 ਨਵੇਂ ਕੇਸ ਅਤੇ 31 ਜਣਿਆਂ ਦੀ ਮੌਤ ਤਾਂ ਦੋਸਤੋ ਪਿਛਲੇ 24 ਘੰਟਿਆਂ ਦੇ ਦੌਰਾਨ 1279 ਨਵੇਂ ਕੇਸਾਂ ਦੇ ਨਾਲ ਭਾਰਤ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 4 ਕਰੋੜ 30 ਲੱਖ 20723 ਤੱਕ ਜਾ ਪੁੱਜੀ ਹੈ। ਹਾਲਾਂਕਿ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 15859 ਰਹਿ ਗਈ ਹੈ। ਉੰਜੇ ਹਰਸੇ ਦੌਰਾਨ 31 ਹੋਰ ਮੌਤਾਂ ਕਰਕੇ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 521035 ਦੇ ਅੰਕੜੇ ਨੂੰ ਛੂਗੀ ਹੈ। ਅਗਲੀ ਖਬਰ ਹੈ। ਰਾਜ ਮਿਸਤਰੀ ਦੀ ਨਿਕਲੀ 1 ਕਰੋੜ 20 ਲੱਖ ਦੀ ਲਾਟਰੀ ਤਾਂ ਦੋਸਤੋ ਪਿੰਡ ਹਰੀਜਨ ਬਸਤੀ ਦੇ ਰਾਜ ਮਿਸਤਰੀ ਲਾਲੀ ਸਿੰਘ ਨੂੰ ਪੰਜਾਬ ਸਰਕਾਰ ਦੀ ਮਹੀਨਾਵਾਰ ਲਾਟਰੀ ਦੇ ਵਿੱਚ 1 ਕਰੋੜ 20 ਲੱਖ ਰੁਪਏ ਦਾ ਪਹਿਲਾ ਨਾਮ ਨਿਕਲਿਆ ਤੁਹਾਨੂੰ ਦੱਸਿਏ ਕਿ ਲਾਲੀ ਨੇ ਕਿਹਾ ਕਿ ਉਸਨੇ 24 ਮਾਰਚ ਨੂੰ ਕੰਮ ਤੋਂ ਮੁੜਦੇ ਸਮੇਂ ਲਾਟਰੀ ਦੀ ਟਿਕਟ ਮੈਸਰ ਮਹਿਤਾ ਦੀ ਲਾਟਰੀ ਸਟਾਲ ਮਰਿੰਡਾ ਦੇ ਨੂਹੋਂ ਕਲੋਨੀ ਦੇ ਵਿੱਚ ਸਬ ਏਜੰਟ ਬ੍ਰਿਜ ਮੋਹਨ ਦੇ ਧਮਾਨ ਲਾਟਰੀ ਸਟਾਲ ਤੋਂ ਖਰੀਦੀ ਸੀ ਜਿਸ ਦਾ 26 ਮਾਰਚ ਨੂੰ ਡਰਾ ਨਿਕਲਿਆ ਉਹਨਾਂ ਨੇ ਐਤਵਾਰ ਨੂੰ ਲਾਟਰੀ ਏਜੰਟ ਨੂੰ ਫੋਨ ਕਰਕੇ ਡਰਾ ਬਾਰੇ ਪਤਾ ਕੀਤਾ ਤਾਂ ਏਜੰਟ ਨੇ ਦੱਸਿਆ ਕਿ ਉਹਨਾਂ ਨੂੰ ਹੀ ਇਹ ਲਾਟਰੀ ਨਿਕਲੀ ਹੈ ਅਗਲੀ ਖਬਰ ਹੈ ਪੰਜਾਬ ਦੇ ਵਿੱਚੋਂ 12.60 ਫੀਸਦ ਕਣਕ ਖਰੀਦੇਗੀ ਐਫਸੀਆਈ ਤਾਂ ਦੋਸਤੋ ਪੰਜਾਬ ਸਰਕਾਰ ਨੇ ਸਾਲ 2022-23 ਦੇ ਲਈ ਕਣਕ ਦੀ ਖਰੀਦ ਨੀਤੀ ਜਾਰੀ ਕਰ ਦਿੱਤੀ ਹੈ ਜਿਸ ਅਨੁਸਾਰ ਭਾਰਤੀ ਖਾਣਕ ਨਿਗਮ ਐਤਕੀ ਪੰਜਾਬ ਚੋਂ 12.60 ਫੀਸਦ ਕਣਕ ਖਰੀਦੇਗੀ ਇਸ ਲਈ ਵਰਿਆਂ ਵਿੱਚ ਭਾਰਤੀ ਖਾਣਕ ਨਿਗਮ ਵੱਲੋਂ ਨਾ માત્ર ਖਰੀਦ ਕੀਤੀ ਜਾਂਦੀ ਰਹੀ ਹੈ। ਅਗਲੀ ਖਬਰ ਹੈ ਪੰਜਾਬ ਦੇ ਵਿੱਚ ਪੈਟਰੋਲ 100 ਰੁਪਏ ਤੋਂ ਪਾਰ ਅੱਜ ਫੇਰ ਵਧੀਆਂ ਕੀਮਤਾਂ ਤਾਂ ਦੋਸਤੋ ਅੱਜ ਦੇ ਰੇਟਾਂ ਨਾਲ ਪੰਜਾਬ ਦੇ ਵਿੱਚ ਪੈਟਰੋਲ 100 ਰੁਪਏ ਤੋਂ ਪਾਰ ਹੋ ਗਿਆ ਹੈ। ਸਮਾਣਾ ਦੇ ਵਿੱਚ ਆਮ ਪੈਟਰੋਲ 99 ਰੁਪਏ 75 ਪੈਸੇ ਤੇ ਡੀਜ਼ਲ 88 ਰੁਪਏ 50 ਪੈਸੇ ਹੋ ਗਿਆ। ਪਾਵਰ ਪੈਟਰੋਲ 104 ਰੁਪਏ 22 ਪੈਸੇ ਹੋ ਗਿਆ ਸਭ ਤੋਂ ਵੱਧ ਮੁੰਬਈ ਦੇ ਵਿੱਚ ਹੋਇਆ ਜਿੱਥੇ ਪੈਟਰੋਲ ਦੀ ਕੀਮਤ 115 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ ਤੇ ਦੋਸਤੋ ਇਹ ਸਨ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਜੇ ਤੁਹਾਨੂੰ ਸਾਡਾ ਇਹ ਵੀਡੀਓ ਵਧੀਆ ਲੱਗਦਾ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਜਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਣਾਏ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ ਪ੍ਰਮਾਤਮਾ ਦੇ ਘਰ देर ਹੈ ਪਰ ਹਨੇਰ ਨਹੀਂ ਅਜਿਹੀ ਕੋਈ ਪਰੇਸ਼ਾਨੀ ਨਹੀਂ ਜਿਸ ਦਾ ਕੋਈ ਹੱਲ ਨਾ ਹੋਵੇ ਯੋਧੀ ਸਮਰਾਟ ਪੰਡਤ ਤੋਲਸੀਦਾਸ ਜੀ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪ੍ਰੇਮੀ ਪ੍ਰੇਮਿਕਾ ਪਤੀ ਪਤਨੀ 'ਚ ਝਗੜਾ ਸੋਧਨ ਦੁਸ਼ਮਣ ਤੋਂ ਛੁਟਕਾਰਾ ज़मीनी मसले कर्जा मुक्ति गुप्त वशीकरण कराओ मन चाह प्रेमी प्रेमिका पाओ प्यार धोखा तो खा चुके प्रेमी प्रेमिका एक बार जरूर संपर्क करो मैं तो प्यार टुट नहीं देवगा संपर्क करो अठानवे एक सौ संताली छपंजा छे सौ भी